ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਹੁਸ਼ਿਆਰਪੁਰ, ਕਿਸਾਨੀ ਸੰਘਰਸ਼ ਵਿੱਚ ਆਪਣੀ ਹਾਜ਼ਰੀ ਲਗਾਉਣ। ਸਾਡੇ ਕੋਲੋਂ ਜਿੰਨਾ ਵੀ ਟਾਈਮ ਨਿਕਲਿਆ ਅਸੀਂ ਆਪਣੀ ਹਾਜ਼ਰੀ ਲਗਾਈ। ਕਿਸਾਨੀ ਸੰਘਰਸ਼ ਨੂੰ ਚੱਲਦੇ ਹੋਏ ਇੰਨਾ ਸਮਾਂ ਹੋਣ ਦੇ ਬਾਅਦ ਵੀ ਅੱਜ ਕਿਸਾਨਾਂ ਅਤੇ ਮਜ਼ਦੂਰਾਂ ਵਿੱਚ ਉਤਸ਼ਾਹ ਉਸੇ ਤਰ੍ਹਾਂ ਕਾਇਮ ਹੈ ਜਿਸੇ ਤਰ੍ਹਾਂ ਪਹਿਲੇ ਦਿਨ ਸੀ। ਸਰਕਾਰਾਂ ਦਾ ਮੁਕਾਬਲਾ ਇਸੇ ਤਰ੍ਹਾਂ ਹੀ ਅਗਰ ਡਟ ਕੇ ਕਰਦੇ ਰਵਾਂਗੇ ਤਾਂ ਸਾਡੀਆਂ ਮੰਗਾਂ ਮਨਵਾਉਣ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ। ਅੱਜ ਇਸ ਮੋਰਚੇ ਵਿੱਚ ਹਰ ਵਰਗ ਦਾ ਮਜ਼ਦੂਰ ਕਿਸਾਨ ਮੌਜੂਦ ਸੀ, ਚਾਹੇ ਉਹ ਕਿਸੇ ਕੋਈ ਦੁਕਾਨਦਾਰ ਹੈ, ਚਾਹੇ ਆੜ੍ਹਤੀਆ ਹੈ, ਜਾਂ ਕੋਈ ਵੱਡੇ ਲੈਵਲ ਦਾ ਵਰਕਰ ਹੈ, ਸਭ ਇਸ ਮੋਰਚੇ ਵਿੱਚ ਆਪਣੀ ਹਾਜ਼ਰੀ ਲਗਾਉਣ ਪਹੁੰਚੇ ਸਨ। ਜਿੰਨੇ ਵੀ ਕਿਸਾਨ ਵੀਰ ਇੱਥੇ ਪਹੁੰਚੇ ਆ, ਗੱਜ ਵੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਲਘਾ ਦੇ ਜਿੰਨੇ ਵੀ ਨਾਲ ਜੁੜੇ ਆ, ਅਸੀਂ ਸਾਰਿਆਂ ਵੱਲੋਂ ਦੁਆਬਾ ਕਿਸਾਨ ਕਮੇਟੀ ਦੇ ਜਿੰਨੇ ਮੈਂਬਰ ਆ, ਇਹਨਾਂ ਦੇ ਚਰਨਾਂ ਵਿੱਚ ਸਿਰ ਝੁਕਾਉਂਦੇ ਆ ਕਿ ਇਹਨਾਂ ਨੇ ਸਾਡੀ ਡਿਊਟੀ ਐਂਬੂਲੈਂਸ ਦੇ ਨਾਲ ਦਿੱਲੀ ਜਾਣ ਵਾਸਤੇ ਲਾਈ। ਉਸ ਪਰਮਾਤਮਾ ਦੀ ਮਿਹਰ ਹੈ ਤੇ ਤੁਹਾਡੇ ਹੀ ਬਿਮਾਰ ਹੋ ਗਏ, ਉੱਥੇ ਦੇ ਹਸਪਤਾਲ ਲਈ ਚੱਕਦੇ ਸੀ। ਸਾਡੇ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਦੇ ਯੋਧਿਆਂ ਨੇ ਉਹਨਾਂ ਨੂੰ ਚੱਕ ਚੱਕ ਕੇ ਹਸਪਤਾਲ 'ਚ ਬਿਤਾਇਆ। ਉੱਥੇ ਮੈਂ ਆਪਣੇ ਛੋਟੇ ਵੀਰ ਜੰਗ ਵੀਰ ਸਿੰਘ ਚੌਹਾਨ ਦਾ ਬਹੁਤ ਬਹੁਤ ਧੰਨਵਾਦੀ ਆ। ਜਦੋਂ ਸਾਡਾ ਵੀਰ ਦੁਆਬਾ ਕਿਸਾਨ ਕਮੇਟੀ ਦੀ ਪੱਕੀਆਂ ਕਮੇਟੀਆਂ ਦੀ ਨੁਮਾਇੰਦਗੀ ਕਰਦਾ ਹੁੰਦਾ, ਸਾਡਾ ਸੀਨਾ ਚੌੜਾ ਹੁੰਦਾ। ਭਰਾਵੋ, ਜੇ ਅੱਜ ਪ੍ਰਧਾਨਗੀ ਉਹਦੀ ਕਾਇਮ ਆ, ਤੁਹਾਡੇ ਭਰਾਵਾਂ ਦੇ ਸਹਿਯੋਗ ਨਾਲ ਦੁਆਬਾ ਕਮੇਟੀ ਇੱਥੇ ਪਹੁੰਚੀ ਆ, ਜੋ ਕਿ ਵਰਲਡ ਦੇ ਵਿੱਚ ਭਾਈ ਜੰਗ ਵੀਰ ਸਿੰਘ ਜੀ ਦਾ ਚੌਹਾਨ ਦਾ ਨਾਂ ਆ। ਅਗਰ ਕੋਈ ਵੀ ਉੱਥੇ ਇਹਨਾਂ ਨੇ ਗੱਲ ਕੀਤੀ ਆ, ਇਹਨੂੰ ਨਾਪ ਤੋਲ ਕੇ ਪਿੱਛੇ ਦੇ ਰੰਦੂ ਸਿੰਘ ਜੀ ਮਾਨਸਾ ਜੀ ਦੇ ਉਹ ਕੋਈ ਗੱਲ ਨਿਕਲ ਗਈ ਕਿ ਉਹ ਸੰਤ ਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਵਰਖਾ ਬੋਲਿਆ ਸੀ। ਭਾਈ ਚੰਗੜੇ ਜਿਹੜੇ ਸਾਡੇ ਕੋਲ ਦਿੱਲੀ ਜਾਂਦੇ ਆ, ਅਸੀਂ ਉਹਨਾਂ ਵੀਰਾਂ ਦੇ ਅੱਗੇ ਸਿਰ ਝੁਕਾਉਂਦੇ ਆ ਜਿਹੜੇ ਵੀਰ ਉੱਥੇ ਜਾ ਕੇ ਸਾਡੀ ਸਪੋਰਟ ਕਰਦੇ ਆ। ਮੈਂ ਤਾਂ ਇੱਕ ਛੋਟਾ ਜਿਹਾ ਸੁਸਾਇਟੀ ਦਾ ਮੈਂਬਰ, ਸਾਨੂੰ ਕੋਈ ਜਾਣਦਾ ਵੀ ਨਹੀਂ ਸੀ। ਬਹੁਤਾ ਦੁਆਬਾ ਕਿਸਾਨ ਕਮੇਟੀ ਦੇ ਯੋਧਿਆ ਨੇ ਜਦੋਂ ਉੱਥੇ ਟੋਲ ਪਲਾਜ਼ਾ ਤੇ ਲਾਇਆ ਧਰਨਾ, ਉਹ ਤੋਂ ਬਾਅਦ ਦਾਸ ਦੀ ਸਾਰੇ ਭਰਾਵਾਂ ਨਾਲ ਮੁਲਾਕਾਤ ਹੋਈ। ਇਹਨਾਂ ਨੇ ਕਿਹਾ ਐਂਬੂਲੈਂਸ ਨਾਲ ਲੈ ਕੇ ਦੇਣੀ ਹੈ। ਵੀਰੋ, ਮੈਂ ਤੁਹਾਨੂੰ ਦੱਸਾਂ, ਪੀਰ ਸ਼ੁਕਰ ਅਤੇ ਛਿਨਛਿਰ ਤਿੰਨ ਦਿਨ ਉੱਥੇ ਅੱਖਾਂ ਦੇ ਕੈਂਪ ਲੱਗਦੇ ਆ, ਬਿਲਕੁਲ ਫ੍ਰੀ। ਅਤੇ ਜੋ ਦੁਆਬਾ ਕਿਸਾਨ ਕਮੇਟੀ ਦੀ ਐਂਬੂਲੈਂਸ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਉੱਥੋਂ ਮਰੀਜ਼ਾਂ ਨੂੰ ਲੈ ਕੇ ਦਿੱਲੀ ਦੇ ਆਪਰੇਸ਼ਨ ਕਰਵਾ ਕੇ ਕੱਲੇ ਕੱਲੇ ਥਾਂ ਥਾਂ ਤੇ ਛੱਡ ਕੇ ਆਉਂਦੀ ਹੈ। ਇਹ ਕੱਲੇ ਨਹੀਂ, ਸਾਡੇ ਜ਼ਿਮੀਦਾਰਾਂ ਦਾ ਇੱਕ ਦਿਨ ਤੁਹਾਨੂੰ ਇਹ ਗੱਲ ਦੱਸਾਂਗੇ, ਮੀਂਹ ਬੜਾ ਪੈ ਰਿਹਾ ਸੀ, ਉੱਥੇ ਦੇ ਨੌਜਵਾਨ ਵੀਰ ਹੱਥ ਜੋੜ ਕੇ ਸਾਡੀ ਝੁੱਗੀ ਦੇ ਆਣ ਕੇ ਜਿੱਥੇ ਦਵਾਈਆਂ ਦਾ ਅਸੀਂ ਲੰਗਰ ਲਾਇਆ ਉੱਥੇ ਖੜੇ ਹੋ ਗਏ। ਕਹਿੰਦੇ ਭਾਜੀ, ਮੇਰੀ ਮਾਤਾ ਦੀ ਲੱਤ ਟੁੱਟ ਗਈ ਹੈ, ਅਸੀਂ ਲੋਕਲ ਬੰਦੇ ਹਾਂ, ਸਾਡੇ ਆਖੇ ਕੋਈ ਨਹੀਂ ਲੱਗਦਾ। ਮੈਂ ਕਿਹਾ ਕੀ ਗੱਲ ਹੋਈ? ਕਹਿੰਦੇ ਭਾਜੀ, ਸਾਰੇ ਹਸਪਤਾਲ 'ਚ ਗਿਆ ਐਂਬੂਲੈਂਸ ਵਾਲੇ, ਕਹਿੰਦੇ ਵੀ ਕਰੋਨਾ ਅਸੀਂ ਨਹੀਂ ਜਾਣਾ। ਦਾਸ ਨੂੰ ਜਦੋਂ ਪਤਾ ਲੱਗਿਆ, ਉਸੇ ਵੇਲੇ ਆਪਣੀ ਟੀਮ ਲੈ ਕੇ ਉੱਥੇ ਪਹੁੰਚੇ, ਚੱਕ ਕੇ ਹਸਪਤਾਲ ਲੈ ਕੇ ਗਏ। ਚੌਥੇ ਦਿਨ ਉਹਨਾਂ ਦਾ ਆਪਰੇਸ਼ਨ ਹੋਇਆ। ਜਦੋਂ ਅਸੀਂ ਘਰ ਉਹਨਾਂ ਨੂੰ ਛੱਡਣ ਗਏ, ਅੱਧੇ ਨਾਲ ਜ਼ਿਆਦਾ ਮਹੱਲਾ ਇਕੱਠਾ ਹੋ ਕੇ ਧੰਨਵਾਦ ਕਰਦਾ ਸੀ, ਇਹ ਸਾਰੇ ਗੁਰੂ ਨਾਨਕ ਦੀ ਕਿਰਪਾ, ਜਿਹਨੇ 20 ਰੁਪਈਆਂ ਦਾ ਲੰਗਰ ਚਲਾਇਆ। ਅੱਜ ਕਿਤੇ ਦੇਖੋ ਚਾਹ ਦੇ ਲੰਗਰ, ਕਿਤੇ ਵੀਰ ਸਾਡਾ ਪਕੌੜਿਆਂ ਦੇ ਲੰਗਰ, ਠੰਡਿਆਂ ਦੇ ਲੰਗਰ, ਉਹ ਭਰਾਵੋ ਇਹ ਸਾਰਾ ਤੁਹਾਡਾ ਸਹਿਯੋਗ ਆ। ਮੈਂ ਸਾਰਿਆਂ ਦੇ ਚਰਨਾਂ ਦੇ ਸਿਰ ਝੁਕਾ ਕੇ, ਤੇ ਜੇ ਇਹ ਗੱਲ ਮਨਜ਼ੂਰ ਆ ਤੇ ਥੱਲਿਓ ਜਗਾਰਾ ਛੱਡ ਦਿਓ ਤੇ ਸਾਰੇ ਜਣਿਆਂ ਦੀ ਵੱਡੀ ਆਵਾਜ਼ ਦੇ ਵਿੱਚ ਜਿਹੜਾ ਆਵਾਜ਼ ਦੇਣੀ ਆ ਜਗਾਰੇ ਦੀ। ਜਾਂਦਾ ਸਿਆਣੇ ਕਹਿੰਦੇ, ਜਿਹੜਾ ਕੱਠ ਲੋਹੇ ਦੀ ਲੱਠ ਹੋਇਆ ਕਰਦਾ, ਤੇ ਜੇ ਅੱਜ ਤੁਹਾਡੇ ਵਿੱਚ ਕੱਠ ਆ ਤੇ ਅੱਜ ਤੁਹਾਡੇ ਤੋਂ ਮੋਦੀ ਸਰਕਾਰ ਥਾਕਰ ਕੰਬਦੀ ਆ। ਅੱਜ ਮੋਦੀ ਸਰਕਾਰ ਨੂੰ ਤੁਹਾਡੇ ਜਿਹੜੇ ਵੀਰ ਬਾਹਰ ਬੈਠੇ ਆ, ਫੋਰਨ ਕੰਟਰੀਆਂ ਦੇ ਵਿੱਚ ਬੈਠੇ ਆ, ਉਹ ਵੀਰਾਂ ਨੂੰ ਉੱਥੇ ਖੜੇ ਨਹੀਂ ਹੋਣ ਦਿੰਦੇ। ਜਿੱਦਾਂ ਲਾਹਤਾਂ ਇਸ ਸਰਕਾਰ ਨੂੰ ਪੈਣ ਡਈਆਂ ਆ, ਜਿੱਦਾਂ ਮੇਰੇ ਵੀਰ ਕਹਿ ਕੇ ਗਏ ਵੀ ਸ਼ਾਇਦ ਹੀ ਕਿਸੇ ਸਰਕਾਰ ਨੂੰ ਪਈਆਂ। ਸੋ ਵੀਰੋ, ਤੁਹਾਨੂੰ ਇਹ ਬੇਨਤੀ ਆ, ਜਿੰਨਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਕਾਲ ਜਿਹੜੀ ਆਈ ਆ,
उस टाइम के मुताबिक किसी ने जाना नहीं तो साडा जिहड़ा मैसेज है वधिया जांदा। मैं आए हुए वीरों का सारिया का बहुत बहुत धन्यवाद करता। साडे अगले बुलारे हरवंत सिंह जी सबका सरपंच छोटिया मूनका, उस तो बाद साडे दरमियान मास्टर शरीफ खड़ियाले तो आए आ। मैं उन्होंने बेनती करूंगा भी तैयार रहन। तो हुण मैं बेनती करदा सरदार हरवंत सिंह सबका सरपंच छोटिया मूनका, ते नाल मैं बेनती करूंगा भी जिन्होंने मायावी सेवा